हाजिर है प्रसिद्ध कहानीकार श्री राम स्वरूप अणखी होरां दी लिखी हुई कहानी अशके बुड़िए तेरे। बिशनी मर्दां वर्गी तीवीं सी, बड़ी नतड़क, बड़ी दलेर। उन्हां दे वेड़े विच जे कदे कोई उस नाल लड़ पैंदा तां ओह आदमियां वांग डांग फड़ के ललकारा मारदी। पर उहदा मालक जमा गऊ सी, बहुत ही नेक, चुप कीता जिहा। उहदे मूहों कदे किसे नूं गाल नहीं सी निकली। आदमी तीवी दी बणदी बहुत वधिया सी। उह खेत विच कमाई बहुत करदा, भावें इकला कहरा बंदा सी, पर एक सीरी नूं नाल रला के उह वाही दा कम वधिया तोरदा। उहनां दे दो जवाक सन, छोटे छोटे बलूर। उहनां दे अंब वाले खेत दी वट नाल मगर की वट लगदी सी। उस वट उत्ते एक सांझी किक्कर खड़ी सी, बहुत आला किक्कर, सिद्धी आसमान नाल गल्लां करदी। तना उहदा दो बंदियां दी जफ्फी विच नहीं सी आउंदा, बहुत वड्डे आकार वाली। मगर उस किक्कर उत्ते अख रखदा सी। सांझी किक्कर नूं उह चाहुंदा सी उह अपनी इकले दी ही बना लवे। बिशनी दा मालक पंजवें सत्तवें दिन देखदा तां किक्कर दियां जड़ां कोलों वट दी मिट्टी छेड़ी पई हुंदी, कदे चप्पा कदे गिठ, पर उह चुप रहिंदा। सोचदा दो सेर मिट्टी इधर होई जां उधर की फर्क पैंदा है। कणक नूं दूजा पानी ला के उह 15-20 दिन खेत ना गया। जिद्दण गया तां उसने देखिया मगर ने वट किक्कर दे उत्तों दी कीती पई है ते किक्कर दियां सारियां जड़ां उसने अपने वल कर लईआं हन। उसनूं बड़ी हैरानी हुई। उसने घर आ के मगर तों पुछिआ कि उसने वट नूं किक्कर दे उत्तों दी क्यों कर दित्ता है। मगर उसनूं चारे पैर चुक के पिआ कहिंदा वट जिथे पहले दिन सी उत्थे ही है, किहड़े कंजर ने छेड़ी है, कल नूं किते होर ना कुछ कह दी मैनूं। मगर अपने जणे सारे अगवाड़ उत्ते तड़ी रखदा सी। ਉਹ ਚਾਰ ਭਰਾ ਸਨ, ਮਗਰ ਸਭ ਤੋਂ ਛੋਟਾ ਅਤੇ ਅਜੇ ਛੜਾ ਹੀ ਸੀ। ਆਪਣੀ ਜਵਾਨੀ ਦੇ ਲੋਰ ਵਿੱਚ ਉਹ ਪੂਰਾ ਘੋਕਰਿਆ ਹੋਇਆ ਸੀ। ਅਗਵਾੜ ਦੇ ਹਰ ਨਿੱਕੇ ਮੋਟੇ ਆਦਮੀ ਉੱਤੇ ਆਪਣੀ ਪੂਰੀ ਧੌਂਸ ਜਮਾ ਕੇ ਰੱਖਦਾ। ਬਿਸ਼ਨੀ ਦੇ ਮਾਲਕ ਨੂੰ ਤਾਂ ਉਹ ਤੀਵੀਂ ਦਾ ਗੁਲਾਮ ਸਮਝਦਾ ਸੀ ਅਤੇ ਉਸਨੂੰ ਟਿੱਚ ਕਰਕੇ ਜਾਣਦਾ ਸੀ। ਬਿਸ਼ਨੀ ਦੇ ਮਾਲਕ ਨੇ ਪੰਚਾਇਤ ਦਾ ਇਕੱਠ ਕੀਤਾ। ਇਕੱਠ ਵਿੱਚ ਬਿਸ਼ਨੀ ਸ਼ੇਰਨੀ ਵਾਂਗ ਬੁੱਕੀ, ਪਰ ਤੀਵੀਂ ਦੀ ਕੌਣ ਸੁਣਦਾ ਹੈ। ਉਹਨੇ ਮੱਗਰ ਦੇ ਪਿਓ ਦਾ ਨਾਂ ਲੈ ਕੇ ਬਥੇਰੇ ਪੁੱਤ ਪਿੱਟੇ, ਪਰ ਪੰਚਾਇਤ ਵਾਲੇ ਕਹਿੰਦੇ ਜਾ ਸੌਰੀਏ, ਆਦਮੀਆਂ 'ਚ ਤੀਵੀਂ ਦਾ ਬੋਲਣਾ ਨਹੀਂ ਬਣਦਾ। ਮੱਗਰ ਅਤੇ ਮੱਗਰ ਦੇ ਭਾਈਆਂ ਨੇ ਪੰਚਾਇਤਾਂ ਨੂੰ ਕੋਈ ਰਾਹ ਨਾ ਦਿੱਤਾ। ਕਹਿੰਦੇ ਵੱਟ ਤਾਂ ਕਿੱਕਰ ਦੇ ਉੱਤੋਂ ਦੀ ਮੁੱਦਤਾਂ ਦੀ ਏ, ਝੂਠੀ ਤੋਹਮਤ ਦਾ ਕੀ ਹੈ, ਕਿਸੇ ਨੇ ਮੂੰਹ ਫੜ ਲੈਣਾ। ਬਿਸ਼ਨੀ ਦੇ ਮਾਲਕ ਨੇ ਪਟਵਾਰੀ ਕੋਲ ਅਰਜ਼ ਕੀਤੀ। ਪਟਵਾਰੀ ਕਈ ਦਿਨ ਤਾਂ ਟਾਲੇ ਲਾਉਂਦਾ ਰਿਹਾ ਅਤੇ ਇੱਕ ਦਿਨ ਕਹਿੰਦਾ ਕਿ ਨਕਸ਼ਾ ਦੇਖ ਕੇ ਵੱਟ ਕੱਢਾਂਗੇ। ਪਰ ਮੱਗਰ ਨੇ ਪਟਵਾਰੀ ਨਾਲ ਅੰਦਰ ਗਤੀ ਪਤਾ ਨਹੀਂ ਕੀ ਗੱਲ ਕਰ ਲਈ। ਵੱਟ ਕੱਢਣ ਲਈ ਪਟਵਾਰੀ ਲੱਤ ਹੀ ਨਹੀਂ ਸੀ ਲਾਉਂਦਾ। ਹਾਰ ਕੇ ਬਿਸ਼ਨੀ ਦਾ ਮਾਲਕ ਚੁੱਪ ਕਰ ਗਿਆ। ਬਿਸ਼ਨੀ ਘਰੇ ਉਸ ਨਾਲ ਬੜਾ ਲੜਦੀ। ਸੁੰਨ ਮਿੱਟੀ ਬਣਿਆ ਰਹਿੰਦਾ, ਕਹੀ ਫੜ ਕੇ ਤੇਤੋਂ ਨਹੀਂ ਕਿੱਕਰ ਆਪਦੇ ਵੰਨੀ ਕਰ ਹੁੰਦੀ। ਉਹ ਚੁੱਪ ਕਰਿਆ ਰਹਿੰਦਾ। ਬਿਸ਼ਨੀ ਉਸਨੂੰ ਗਾਲਾਂ ਘਰ ਵਿੱਚ ਹੀ ਦਿੰਦੀ ਸੀ, ਪਰ ਬਾਹਰ ਲੋਕਾਂ ਵਿੱਚ ਉਸਨੂੰ ਕੁਝ ਨਹੀਂ ਸੀ ਬੋਲਦੀ। ਸਗੋਂ ਬਾਹਰ ਤਾਂ ਜੇ ਕੋਈ ਐਰਾ ਗੈਰਾ ਉਸਨੂੰ ਕੁਝ ਬੁਰਾ ਭਲਾ ਕਹਿੰਦਾ ਤਾਂ ਉਹ ਉਸਦਾ ਕਾਲਜਾ ਕੱਢ ਕੇ ਖਾਣ ਤਾਈਂ ਜਾਂਦੀ। ਉਸਨੂੰ ਆਪਣਾ ਮਾਲਕ ਸਾਰੀ ਦੁਨੀਆ ਨਾਲੋਂ ਚੰਗਾ ਲੱਗਦਾ ਸੀ। ਰਾਹ ਜਾਂਦੇ ਕਈ ਬੰਦੇ ਬਿਸ਼ਨੀ ਦੇ ਮਾਲਕ ਨੂੰ ਬੋਲੀ ਮਾਰਦੇ, ਖੇਤ ਦਾ ਸ਼ਿੰਗਾਰ ਕਿੱਕਰ ਦੱਬ ਲਈ ਜੱਟ ਨੇ, ਕਰ ਕੋਈ ਉਜ਼ਰ ਤੂੰ ਵੀ। ਉਹ ਅੰਦਰੇ ਅੰਦਰ ਜ਼ਹਿਰ ਘੋਲਦਾ ਰਹਿੰਦਾ। ਉਹਦੀ ਕੋਈ ਪੇਸ਼ ਨਾ ਜਾਂਦੀ। ਉਹ ਇਕੱਲਾ ਕੁਝ ਕਰ ਹੀ ਨਹੀਂ ਸੀ ਸਕਦਾ। ਬੰਦਿਆਂ ਦੀ ਸਾਰੀ ਮਾਇਆ ਹੈ। ਮੱਗਰ ਹੋਰਾਂ ਦੇ ਚਾਰੇ ਭਰਾਵਾਂ ਦੇ ਇਕੱਠ ਤੋਂ ਉਹ ਬਹੁਤ ਤਰਾਂਦਾ ਸੀ। ਉਹਦਾ ਜ਼ੋਰ ਹੁੰਦਾ ਤਾਂ ਉਹ ਵੀ ਵੱਟ ਨੂੰ ਕਿੱਕਰ ਦੇ ਉੱਤੋਂ ਦੀ ਕਰ ਸਕਦਾ ਸੀ ਅਤੇ ਕਿੱਕਰ ਨੂੰ ਆਪਣੇ ਵੱਲ ਵੀ ਕਰ ਸਕਦਾ ਸੀ, ਪਰ ਉਹਦੇ ਵਿੱਚ ਪਹੁੰਚ ਨਹੀਂ ਸੀ ਅਤੇ ਉਹ ਝਗੜਾ ਵੀ ਕੋਈ ਨਹੀਂ ਸੀ ਛੇੜਨਾ ਚਾਹੁੰਦਾ। ਅੰਦਰੋਂ ਅੰਦਰੀ
पर उहदे सीने विच इक अग मगदी। अंदरों अंदरी उह दंदियां किरचदा रहिंदा। एक दिन तां पाणी उहदे सिर दे उत्तों दी लंघ गिया। किसी ने उसनूं दस्सिया कि मगर ने चार होर बंदियां नूं नाल लै के किक्कर रातों रात वढ लई है ते हुण उसदा बड़ांग अपने खेतां विच इकट्ठा कर रहा है। बिशनी दा मालक भज्जिया भज्जिया खेत पहुंचिया। उसदे जांदे नूं मगर आरे नाल किक्कर दे तणे नूं चीर पा रहा सी। तणा लम्मा सी ते मगर चाहुंदा सी कि उसदे दो टोटे करके पिंड लिया सुट्टे। जाण सार मगर दे हत्थों आरा फड़ के उसने खड़ा कर लिया। मगर ने तौल वट के उहदी बखी विच मारी। ਉਹ ਮੂੰਹ ਪਾਰ ਧਰਤੀ ਉੱਤੇ ਡਿੱਗ ਪਿਆ। ਉਸਨੇ ਇੱਕ ਗੰਦੀ ਜਿਹੀ ਗਾਲ ਮੱਗਰ ਨੂੰ ਕੱਢੀ। ਉਹ ਜਿਵੇਂ ਪਾਗਲ ਹੋ ਗਿਆ ਸੀ ਡਿੱਗਿਆ ਪਿਆ। ਉਹ ਧਰਤੀ ਤੋਂ ਉੱਠਿਆ ਅਤੇ ਭੱਜ ਕੇ ਮੱਗਰ ਨੂੰ ਉਸਨੇ ਜੱਫਾ ਜਾ ਮਾਰਿਆ। ਜੱਫੋ ਜੱਫੀ ਹੋਇਆਂ ਨੂੰ ਦੂਜੇ ਬੰਦੇ ਛਡਾਉਣ ਲੱਗੇ, ਪਰ ਬਿਸ਼ਨੀ ਦੇ ਮਾਲਕ ਵਿੱਚ ਜਿਵੇਂ ਕੋਈ ਪ੍ਰੇਤ ਆਇਆ ਹੋਇਆ ਸੀ। ਉਸਨੇ ਮੱਗਰ ਨੂੰ ਪਾਇਆ ਜੱਫਾ ਛੱਡਿਆ ਨਾ ਅਤੇ ਉਸਦੇ ਮੋਢੇ ਦੀ ਬੁਰਕੀ ਕੱਢ ਕੇ ਉਹ ਲੈ ਗਿਆ। ਮੱਗਰ ਨੇ ਕੋਲ ਪਈ ਕੁਹਾੜੀ ਚੁੱਕ ਲਈ ਅਤੇ ਜ਼ੋਰ ਦੀ ਉਸਦੇ ਕਪਾਲ ਵਿੱਚ ਜੜ ਦਿੱਤੀ। ਉਹ ਥਾਂ ਦੀ ਥਾਂ ਫੁੜਕ ਗਿਆ। ਹਿਚਕੀਆਂ ਜੀਆਂ ਲੈਂਦਾ ਥਾਂ ਦੀ ਥਾਂ ਉਹ ਠੰਡਾ ਹੋ ਗਿਆ। ਪੁਲਿਸ ਆਈ ਅਤੇ ਮੱਗਰ ਨੂੰ ਫੜ ਕੇ ਲੈ ਗਈ। ਬਿਸ਼ਨੀ ਕਈ ਸਾਲ ਮੁਕੱਦਮਾ ਲੜਦੀ ਰਹੀ। ਆਖਰ ਨੂੰ ਮੱਗਰ ਬਰੀ ਹੋ ਗਿਆ। ਬਿਸ਼ਨੀ ਢਿੱਡ ਵਿੱਚ ਮੁੱਕੀਆਂ ਦੇ ਕੇ ਬੈਠੀ ਰਹਿ ਗਈ। ਉਹਦਾ ਦੇਵਤਾ ਮਨੁੱਖ ਜਰਵਾਣੇ ਜੱਟ ਨੇ ਖਾ ਲਿਆ ਸੀ। ਬਿਸ਼ਨੀ ਸਬਰ ਦੀਆਂ ਘੁੱਟਾਂ ਭਰ ਕੇ ਦਿਨ ਕੱਟਦੀ ਰਹੀ। ਜ਼ਮੀਨ ਕਦੇ ਉਹ ਹਿੱਸੇ ਉੱਤੇ ਦੇ ਦਿੰਦੀ ਅਤੇ ਕਦੇ ਕਿਸੇ ਸਾਲ ਠੇਕੇ ਉੱਤੇ ਚੜ੍ਹਾ ਦਿੰਦੀ ਸੀ। ਉਹਦੇ ਦੋਵੇਂ ਮੁੰਡੇ ਦਿਨੋ ਦਿਨ ਉਡਾਰ ਹੁੰਦੇ ਗਏ। ਉਹਨਾਂ ਨੂੰ ਰਾਜਮਾ ਖਵਾਉਂਦੀ, ਰਾਜਮਾ ਪਿਉਂਦੀ। ਦੁੱਧ ਉਹਦੇ ਘਰੋਂ ਕਦੇ ਥੁੜਿਆ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹਦੇ ਮੁੰਡੇ ਦਿਨਾਂ ਵਿੱਚ ਹੀ ਜਵਾਨ ਹੋ ਜਾਣ ਅਤੇ ਦੱਬ ਕੇ ਵਾਹੀ ਕਰਨ ਤਾਂ ਕਿ ਉਸਨੂੰ ਰੰਡੇਪਾ ਭੁੱਲ ਜਾਵੇ। ਪਰ ਉਹਦੇ ਅੰਦਰ ਇੱਕ ਅੱਗ ਧੁਖਦੀ ਰਹਿੰਦੀ। ਮਗਰ ਜਦ ਕਦੇ ਉਸਦੀ ਨਿਗਾਹ ਪੈ ਜਾਂਦਾ ਤਾਂ ਉਸਦੇ ਕਾਲਜੇ ਵਿੱਚੋਂ ਇੱਕ ਲਾਟ ਨਿਕਲ ਜਾਂਦੀ। ਉਹ ਝੂਰਦੀ ਕਿ ਉਸ ਚੰਡਾਲ ਨੇ ਉਹਦਾ ਸੋਨੇ ਵਰਗਾ ਬੰਦਾ ਪਲਾਂ ਵਿੱਚ ਹੀ ਮੁਕਾ ਦਿੱਤਾ ਸੀ। ਪਰ ਕਦੇ ਕਦੇ ਤਾਂ ਉਹ ਗੁੱਸੇ ਵਿੱਚ ਕੰਬਣ ਲੱਗ ਜਾਂਦੀ। ਪਰ ਕੀ ਕਰਦੀ, ਮੱਗਰ ਵਿਆਹਿਆ ਹੋਇਆ ਸੀ। ਉਸ ਦੇ ਵੀ ਹੁਣ ਜਵਾਕ ਹੋ ਗਏ ਸਨ। ਉਹ ਭਾਈਆਂ ਨਾਲੋਂ ਅੱਡ ਹੋ ਗਿਆ ਸੀ। ਉਸਦੀ ਤੀਵੀਂ ਪੁੱਜ ਕੇ ਨਰਮ ਸੀ ਅਤੇ ਉਸਨੂੰ ਮਾੜੇ ਕੰਮਾਂ ਤੋਂ ਹਮੇਸ਼ਾ ਸਮਝਾਉਂਦੀ ਅਤੇ ਬਚਾਉਣ ਦੀ ਕੋਸ਼ਿਸ਼ ਕਰਦੀ। ਉਹ ਅਜੇ ਵੀ ਚੱਕਵੀਂ ਅਤੇ ਤੜੀ ਵਾਲੀ ਗੱਲ ਕਰਦਾ ਸੀ। ਹੱਥ ਵਿੱਚ ਹਮੇਸ਼ਾ ਹੀ ਪਿੱਤਲ ਦੇ ਕੋਕਿਆਂ ਵਾਲੀ ਚਿਲਕਵੀਂ ਗੰਢਾ ਸੀ ਰੱਖਦਾ। ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਬਿਸ਼ਨੀ ਦੇ ਘਰ ਮੋੜਦੀ ਵੀ ਉਹ ਕਦੇ ਕਦੇ ਲੰਘ ਜਾਂਦਾ। ਸ਼ਾਇਦ ਉਸਨੂੰ ਹੈਂਕੜ ਸੀ ਕਿ ਕੱਲ੍ਹ ਦੇ ਜੁਆਕੜੇ ਮੇਰਾ ਕੀ ਖੋ ਲੈਣਗੇ। ਬਿਸ਼ਨੀ ਦੋਵੇਂ ਮੁੰਡਿਆਂ ਨੂੰ ਸਭ ਕੁਝ ਦੱਸਦੀ ਰਹਿੰਦੀ। ਰਾਤ ਨੂੰ ਪੈਣ ਲੱਗੇ ਉਹਨਾਂ ਮੂਹਰੇ ਘਿਣਾ ਪਾਉਂਦੀ ਜੇ ਕਿਤੇ ਪਿਓ ਦਾ ਬਦਲਾ ਲਵੇ। ਜਿੱਦਣ ਇਸ ਜੱਟ ਦਾ ਚੂੜਿਓਂ ਲਹੂ ਪੀਤਾ, ਮੇਰਾ ਤਾਂ ਉਦਣ ਕਾਲਜਾ ਠਰੂ। ਕਦੇ ਕਦੇ ਉਹ ਆਪਣਾ ਸਾਰਾ ਦਿਲ ਆਪਣੇ ਦੋਵਾਂ ਪੁੱਤਾਂ ਮੂਹਰੇ ਢੇਰੀ ਕਰ ਦਿੰਦੀ। ਹੁਣ ਤਾਂ ਜਿਵੇਂ ਇੱਕੋ ਗੱਲ ਭੂਤ ਬਣ ਕੇ ਉਹਦੇ ਸਿਰ ਉੱਤੇ ਸਵਾਰ ਹੋ ਗਈ ਸੀ। ਉਸਨੇ ਕਦੇ ਨਹੀਂ ਸੀ ਸੋਚਿਆ ਕਿ ਉਹਦਾ ਪੁੱਤ ਕੋਈ ਵਿਆਹਿਆ ਜਾਵੇ। ਉਸਨੇ ਕਦੇ ਇਹ ਖਿਆਲ ਨਹੀਂ ਸੀ ਕੀਤਾ ਕਿ ਉਹਦੇ ਪੁੱਤ ਦੱਬ ਕੇ ਖੇਤਾਂ ਵਿੱਚ ਕਮਾਈ ਕਰਨ। ਉਹ ਤਾਂ ਚਾਹੁੰਦੀ ਸੀ ਕਿ ਮੱਗਰ ਦੀ ਲੋਥ ਨੂੰ ਹੀ ਉਹ ਇੱਕ ਦਿਨ ਵੇਖ ਲਵੇ ਅਤੇ ਉਸਦੇ ਕਾਲ ਦੀ ਠੰਡ ਪੈ ਜਾਵੇ। ਮੱਗਰ ਹੁਣ ਤਾਂ ਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ। ਉਹਦੇ ਭਰਾ ਵੀ ਉਸ ਨੂੰ ਮੂੰਹ ਨਹੀਂ ਸਨ ਲਾਉਂਦੇ। ਮੱਗਰ ਦੀ ਪੱਗ ਵੀਹੀ ਦੇ ਗਾਰੇ ਵਿੱਚ ਰੁੜਦੀ ਰਹਿੰਦੀ ਅਤੇ ਉਹ ਸਿਰੋਂ ਨੰਗਾ ਕਦੇ ਇੱਧਰ ਕੌਲੇ ਨਾਲ ਵੱਜਿਆ, ਕਦੇ ਉੱਧਰ ਕੌਲੇ ਨਾਲ ਵੱਜਿਆ ਫਿਰਦਾ ਰਹਿੰਦਾ। ਚਾਦਰਾ ਤੇੜੋਂ ਲਾ ਕੇ ਮੋਢਿਆਂ ਉੱਤੇ ਧਰ ਲੈਂਦਾ। ਲੋਹੜੀ ਵਾਲੀ ਰਾਤ ਤਾਂ ਉਸਨੇ ਬਹੁਤ ਹੀ ਪੀ ਲਈ ਸੀ। ਅਗਵਾੜ ਦੀ ਸੱਥ ਵਿੱਚ ਪਾਈ ਧੂਣੀ ਕੋਲ ਦੀ ਜਦੋਂ ਲੰਘਣ ਲੱਗਿਆ ਤਾਂ ਉਸਨੇ ਉੱਚੀ ਸਾਰੀ ਲਲਕਾਰਾ ਮਾਰਿਆ ਅਤੇ ਕਿਹਾ, ਜਦੋਂ ਦੇਖ ਲਿਆ ਰੰਡੀ ਦੇ ਘਰ ਵੜਦਾ। ਧੂਣੀ ਉੱਤੇ ਬੈਠੇ ਇੱਕ ਅਲੇਲ ਮੁੰਡੇ ਨੇ
ਸੁਆਏ ਕੇ ਉਸਨੂੰ ਪੁੱਛ ਲਿਆ, ਰੰਡੀ ਕਿਹੜੀ ਹੋਏ ਮੱਗਰਾ? ਮੱਗਰ ਜੀਵ ਜੀ ਮਲ ਕੇ ਕਹਿੰਦਾ, ਬਿਸ਼ਨੀ ਰੰਡੀ। ਬਿਸ਼ਨੀ ਦਾ ਛੋਟਾ ਮੁੰਡਾ ਵੀ ਧੂਣੀ ਸੇਕ ਰਿਹਾ ਸੀ। ਮੱਗਰ ਨੇ ਇੰਨੀ ਗੱਲ ਕਹੀ ਤਾਂ ਉਸਨੇ ਕਸੀਆ ਸਿੱਧੇ ਪਾਸਿਓਂ ਮੱਗਰ ਦੇ ਸਿਰ ਵਿੱਚ ਗੱਡ ਦਿੱਤਾ। ਨਾਲ ਦੀ ਨਾਲ ਦੋ ਕਸੀਏ ਹੋਰ ਉਸਦੀ ਗਰਦਨ ਉੱਤੇ ਮਾਰ ਕੇ ਉਸਦੀ ਕੰਢੀ ਵੱਢ ਦਿੱਤੀ। ਧੂਣੀ ਉੱਤੇ ਬੈਠੇ ਸਾਰੇ ਲੋਕ ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ। ਬਿਸ਼ਨੀ ਨੂੰ ਜਦ ਪਤਾ ਲੱਗਿਆ, ਉਹ ਦੂਜੇ ਮੁੰਡੇ ਨੂੰ ਵੀ ਬਾਹਰਲੇ ਘਰੋਂ ਫਟਾਫਟ ਬੁਲਾ ਲਿਆਈ। ਮੱਗਰ ਦੀ ਲੋਥ ਨੂੰ ਘੜੀਸ ਕੇ ਉਹਨਾਂ ਤਿੰਨਾਂ ਮਾਂ ਪੁੱਤਾਂ ਨੇ ਆਪਣੇ ਵਿਹੜੇ ਵਿੱਚ ਲਿਆ ਸੁੱਟਿਆ। ਦੋਵਾਂ ਮੁੰਡਿਆਂ ਨੂੰ ਉਸਨੇ ਖੇਤਾਂ ਨੂੰ ਡੱਕਰ ਦਿੱਤਾ। ਆਪ ਉਹਨਾਂ ਤੜਕ ਹੋ ਕੇ ਸਬਾਤ ਵਿੱਚ ਪੈ ਗਈ। ਧੂਣੀ ਵਾਲੇ ਥਾਂ ਤੋਂ ਮੱਗਰ ਦਾ ਅਤੇ ਮੱਗਰ ਦੇ ਭਾਈਆਂ ਦਾ ਘਰ ਖਾਸੀ ਦੂਰ ਸੀ, ਇਸ ਲਈ ਉਹਨਾਂ ਨੂੰ ਕੁਝ ਚਿਰ ਠਹਿਰ ਕੇ ਇਸ ਘਟਨਾ ਦਾ ਪਤਾ ਲੱਗਾ। ਉਹ ਗੰਡਾਸੇ ਭਾਲੇ ਲੈ ਕੇ ਬਿਸ਼ਨੀ ਦੇ ਘਰ ਆਏ। ਬਿਸ਼ਨੀ ਸਬਾਤ ਵਿੱਚੋਂ ਨਿਕਲ ਕੇ ਕੋਠੇ ਉੱਤੇ ਜਾ ਚੜ੍ਹੀ। ਵਿਹੜੇ ਵਿੱਚ ਮੱਗਰ ਦੀ ਲੋਥ ਪਈ ਦੇਖ ਕੇ ਉਹਦੇ ਭਰਾ ਵਾਪਸ ਮੁੜ ਗਏ। ਉਹਦੇ ਵਿੱਚ ਸਾਹ ਹੁੰਦੇ ਤਦ ਹੀ ਉਹ ਉਸਨੂੰ ਘਰ ਨੂੰ ਚੁੱਕ ਕੇ ਲਿਜਾਂਦੇ, ਲੋਥ ਨੂੰ ਉਹ ਕੀ ਚੁੱਕਦੇ। ਤੜਕੇ ਨੂੰ ਉਹਨਾਂ ਪੁਲਿਸ ਚੜ੍ਹਾ ਲਿਆਂਦੀ। ਪੁਲਿਸ ਨੇ ਆ ਕੇ ਦੇਖਿਆ, ਬਿਸ਼ਨੀ ਮੌਜਾਂ ਵਿੱਚ ਆਈ, ਦੁੱਧ ਰਿੜਕ ਰਹੀ ਸੀ ਅਤੇ ਕੁਝ ਗਾ ਰਹੀ ਸੀ। ਮੱਗਰ ਦੀ ਲੋਥ ਅੜੋਕਣ ਬਣਾ ਕੇ ਉਸਨੇ ਰਿੜਕਣੇ ਨਾਲ ਲਾਈ ਹੋਈ ਸੀ। ਥਾਣੇਦਾਰ ਨੇ ਉਸਨੂੰ ਗੁੱਤੋਂ ਫੜ ਲਿਆ। ਦੱਸ ਬੁੜੀਏ, ਪੁੱਤ ਤੇਰੇ ਕਿੱਥੇ ਨੇ? ਬਿਸ਼ਨੀ ਚੜੇਲ ਬਣੀ ਹੋਈ ਸੀ। ਉਹ ਥਾਣੇਦਾਰ ਨੂੰ ਕਹਿੰਦੀ, ਜੇ ਬੰਦੇ ਦਾ ਪੁੱਤ ਹੈ ਤਾਂ ਪਹਿਲਾਂ ਗੁੱਤ ਛੱਡ ਮੇਰੀ। ਥਾਣੇਦਾਰ ਨੇ ਉਸਦੀ ਗੁੱਤ ਛੱਡ ਦਿੱਤੀ। ਉਹ ਕਹਿੰਦੀ, ਅੱਜ ਮੈਂ ਆਪਦੇ ਮਾਲਕ ਦਾ ਬਦਲਾ ਲੈ ਲਿਆ, ਮੇਰਾ ਕਾਲਜਾ ਠਰ ਗਿਆ। ਮੁੰਡੇ ਮੇਰੇ ਟਾਹਲੀ ਵਾਲੇ ਖੇਤ ਬੈਠੇ ਨੇ, ਜਾਓ ਫੜ ਲਓ। ਅਤੇ ਉਹ ਹੌਲੀ ਦੇ ਕੇ ਥਾਣੇਦਾਰ ਨੂੰ ਕਹਿੰਦੀ, ਪਰ ਦੇਖ ਉਹਨਾਂ ਦੇ ਪਿੰਡੇ ਨੂੰ ਛਮਕ ਨਾ ਲਾਈ, ਆਪਦੀ ਜਾਇਦਾਦ ਦੇ ਜ਼ੋਰ 'ਤੇ ਉਹਨਾਂ ਨੂੰ ਛਡਾਊਂ ਮੈਂ, ਤੂੰ ਵੀਰਾ ਉਹਨਾਂ ਦੇ ਫੁੱਲ ਦੀ ਵੀ ਨਾ ਲਾਈ। ਬਿਸ਼ਨੀ ਪਾਗਲਾਂ ਵਾਂਗ ਬੋਲ ਰਹੀ ਸੀ ਅਤੇ ਉੱਚੀ ਉੱਚੀ ਗੜਕ ਰਹੀ ਸੀ। ਸਾਰਾ ਅਗਵਾੜ ਮੂੰਹ ਵਿੱਚ ਉਂਗਲਾਂ ਪਾਈ ਉਹਨਾਂ ਦੇ ਵਿਹੜੇ ਵਿੱਚ ਖੜ੍ਹਾ ਸੀ। ਹਰ ਇੱਕ ਦੇ ਮੂੰਹੋਂ ਵਾਰ ਵਾਰ ਇਹੀ ਗੱਲ ਨਿਕਲਦੀ ਸੀ, ਅਸ਼ਕੇ ਬੁੜੀਏ ਤੇਰੇ, ਅਸ਼ਕੇ ਬੁੜੀਏ ਤੇਰੇ।